वाहिगुरु जी का खालसा वाहिगुरु जी की फतेह। अनमोल विचार चैनल में आप सब का स्वागत है। अपनी अज की वीडियो दे विच आपां गल करन जा रहे हैं कि जेकर आपां अपनी जिंदगी दे विच खुशियां चाहते हैं, बरकतां चाहते हैं, तंदुरुस्ती तरक्की चाहते हैं, तो फिर दिवाली तो पहला पहला बंदी छोड़ दिवस तो पहला पहला अपने घर दे विच आ एक काम जरूर करना है। ਕਿਹੜਾ ਕੰਮ ਕਰਨਾ ਹੈ, ਕਿੰਝ ਕਰਨਾ ਹੈ, ਕਿੰਝ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦਾ ਹੈ, ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ। ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ। ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ ਜੀ, ਆਪਾਂ ਸਾਰੇ ਜਾਣਦੇ ਹਾਂ ਕਿ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ, ਬੰਦੀ ਛੋੜ ਦਿਵਸ ਆ ਰਿਹਾ ਹੈ, ਅਤੇ ਇਹ ਦੋਵਾਂ ਹੀ ਤਿਉਹਾਰਾਂ ਨੂੰ ਲੈ ਕੇ ਸਭ ਸੰਗਤਾਂ ਦੇ ਮਨ ਦੇ ਵਿੱਚ ਬੜਾ ਚਾਅ ਹੈ, ਬੜਾ ਉਤਸ਼ਾਹ ਹੈ। ਬਹੁਤ ਦਿਨਾਂ ਤੋਂ ਘਰਾਂ ਦੀਆਂ ਸਾਫ ਸਫਾਈਆਂ ਚੱਲ ਰਹੀਆਂ ਨੇ, ਨਵੀਆਂ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਹੋ ਰਹੀ ਆ। ਹਰ ਇੱਕ ਇਨਸਾਨ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਦਿਨਾਂ ਦੇ ਵਿੱਚ ਸਾਡਾ ਘਰ ਪੂਰੀ ਤਰ੍ਹਾਂ ਦੇ ਨਾਲ ਚਮਕੇ, ਆਪਣੇ ਘਰ ਨੂੰ ਸੋਹਣਾ ਬਣਾਉਣ ਦੇ ਲਈ, ਘਰ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਘਰਾਂ ਦੀਆਂ ਸਾਫ ਸਫਾਈਆਂ ਕੀਤੀਆਂ ਜਾ ਰਹੀਆਂ ਨੇ, ਘਰਾਂ ਵਿੱਚ ਨਵੀਆਂ ਨਵੀਆਂ ਚੀਜ਼ਾਂ ਲਿਆ ਕੇ ਰੱਖੀਆਂ ਜਾ ਰਹੀਆਂ ਨੇ। ਤੇ ਇੱਥੇ ਮਹਾਂਪੁਰਖ ਜੀ ਕਹਿੰਦੇ ਵੀ ਆਪਾਂ ਆਪਣੇ ਘਰ ਨੂੰ ਸੋਹਣਾ ਬਣਾਉਣ ਦੇ ਲਈ ਤਾਂ ਬਹੁਤ ਕੋਸ਼ਿਸ਼ਾਂ ਕਰ ਰਹੇ ਆ, ਪਰ ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਲਈ, ਆਪਣੇ ਹਿਰਦੇ ਰੂਪੀ ਘਰ ਨੂੰ ਸੋਹਣਾ ਬਣਾਉਣ ਦੇ ਲਈ ਵੀ ਆਪਾਂ ਇਹਨਾਂ ਤਿਉਹਾਰਾਂ ਦੇ ਵਿੱਚ ਇੱਕ ਕੰਮ ਕਰਨਾ ਹੈ। ਉਹ ਕਿਹੜਾ ਕੰਮ ਆ? ਆਪਣੇ ਮਨ ਨੂੰ ਨਾਮ ਬਾਣੀ ਦੇ ਨਾਲ ਜੋੜਨਾ, ਕਿਉਂਕਿ ਅਸੀਂ ਉਦੋਂ ਹੀ ਸੋਹਣੇ ਬਣਨਾ ਜਦੋਂ ਅਸੀਂ ਅੰਮ੍ਰਿਤ ਵੇਲੇ ਦੇ ਨਾਲ ਜੁੜ ਗਏ, ਜਦੋਂ ਅਸੀਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੁੜ ਗਏ। ਆਪਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਿਆਰੇ ਲੱਗਣਾ ਹੈ। ਤਾਂ ਸਭ ਸੰਗਤਾਂ ਨੂੰ ਪਤਾ ਵੀ ਆਪਾਂ ਬੰਦੀ ਛੋੜ ਦਿਵਸ ਕਿਉਂ ਮਨਾਉਂਦੇ ਹਾਂ। ਉਸ ਦਿਨ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾ ਕਰਵਾ ਕੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸਨ। ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ, ਇਸ ਦਿਨ ਨੂੰ ਯਾਦ ਕਰਦਿਆਂ ਹੋਇਆਂ ਆਪਾਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਤਾਂ ਇਸ ਦਿਨ ਦੇ ਵਿੱਚ ਜੇਕਰ ਆਪਾਂ ਛੇਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਨਾ, ਤਾਂ ਫਿਰ ਸਾਨੂੰ ਤਿਆਰੀ ਪਹਿਲਾਂ ਤੋਂ ਕਰਨੀ ਪੈਣੀ ਆ। ਦੀਵਾਲੀ ਆਉਣ ਤੋਂ ਪਹਿਲਾਂ ਪਹਿਲਾਂ, ਬੰਦੀ ਛੋੜ ਦਿਵਸ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਘਰਾਂ ਦੇ ਵਿੱਚ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਆਰੰਭ ਕਰਨੇ ਪੈਣੇ ਆ। ਜੋ ਵੀ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੇਗਾ ਉਹਦੀ ਝੋਲੀ ਦੇ ਵਿੱਚ ਛੇਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਬਰਕਤਾਂ ਜ਼ਰੂਰ ਪੈਣਗੀਆਂ, ਕਿਉਂਕਿ ਛੇਵੇਂ ਪਾਤਸ਼ਾਹ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਬਹੁਤ ਪਿਆਰ। ਆਪਾਂ ਇਤਿਹਾਸ ਦੇ ਵਿੱਚ ਇੱਕ ਸਾਖੀ ਪੜ੍ਹਦੇ ਹਾਂ ਨਾ ਭਾਈ ਗੋਪਾਲਾ ਜੀ ਦੀ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਪੂਰੀ ਸੰਗਤ ਦੇ ਵਿੱਚ ਆ ਕੇ ਕਿਹਾ ਸੀ ਕਿ ਭਾਈ ਕੋਈ ਐਸਾ ਗੁਰੂ ਦਾ ਪਿਆਰਾ ਸਿੱਖ ਹੈ ਜੋ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾ ਦੇਵੇ। ਤੇ ਕਹਿੰਦੇ ਸਾਰੀ ਸੰਗਤ ਨੇ ਨੀਵੀਂ ਪਾ ਲਈ ਤੇ ਭਾਈ ਗੋਪਾਲ ਜੀ ਖੜੇ ਹੋ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਵੀ ਸਤਿਗੁਰ ਸੱਚੇ ਪਾਤਸ਼ਾਹ, ਜੇਕਰ ਤੁਸੀਂ ਮੇਰੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਤਾਂ ਮੈਂ ਇਹ ਸੇਵਾ ਕਰਨ ਨੂੰ ਤਿਆਰ ਹਾਂ। ਸਤਿਗੁਰ ਸੱਚੇ ਪਾਤਸ਼ਾਹ ਨੇ ਭਾਈ ਗੋਪਾਲਾ ਜੀ ਨੂੰ ਸੋਹਣੇ ਆਸਣ ਤੇ ਬਿਠਾਇਆ ਅਤੇ ਬਾਣੀ ਪੜ੍ਹਨ ਦੇ ਲਈ ਕਿਹਾ। ਕਹਿੰਦੇ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਆਰੰਭ ਕਰ ਦਿੱਤੀ। ਭਾਈ ਸਾਹਿਬ ਜੀ ਨੇ ਇੰਨੇ ਪਿਆਰ ਦੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਦਾ ਪਾਠ ਕੀਤਾ, ਤਾਂ ਛੇਵੇਂ ਪਾਤਸ਼ਾਹ ਉਹਨਾਂ ਦੇ ਮੁੱਖ ਚੋਂ ਜਪਜੀ ਸਾਹਿਬ ਜੀ ਦੀ ਬਾਣੀ ਸੁਣ ਕੇ ਇੰਨੇ ਖੁਸ਼ ਹੋਏ ਵੀ ਆਪਣੀ ਗੁਰੂ ਗੱਦੀ ਦੇਣ ਦੇ ਲਈ ਤਿਆਰ ਹੋ ਗਏ ਸੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਮਨ ਬਣਾ ਲਿਆ ਕਿ ਮੈਂ ਭਾਈ ਗੋਪਾਲਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਵਾਰਸ ਹੀ ਬਣਾ ਦੇਵਾਂਗਾ। ਪਰ ਕਹਿੰਦੇ ਐਨ ਮੌਕੇ ਤੇ ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਭਾਈ ਗੋਪਾਲਾ ਜੀ ਸਲੋਕ ਤੇ ਪਹੁੰਚੇ, ਤਾਂ ਉਹਨਾਂ ਦੇ ਮਨ ਦੇ ਵਿੱਚ ਫੁਰਨਾ ਬਣ ਗਿਆ ਕਿ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਸੁਣ ਕੇ ਖੁਸ਼ ਹੋ ਗਏ, ਤਾਂ ਜੇ ਉਹਨਾਂ ਨੇ ਮੈਨੂੰ ਇਨਾਮ ਵਜੋਂ ਕੁਝ ਦੇਣਾ ਚਾਹਿਆ, ਮੇਰੇ ਤੋਂ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਹੈ, ਤੇ ਮੈਂ ਫਲਾਣਾ ਘੋੜਾ ਮੰਗ ਲਵਾਂਗਾ। ਕਹਿੰਦੇ ਇੱਧਰ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਘੋੜੇ ਦਾ ਫੁਰਨਾ ਬਣ ਗਿਆ, ਤੇ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਫੁਰਨੇ ਨੂੰ ਪ੍ਰਵਾਨ ਵੀ ਕਰ ਲਿਆ। ਭਾਈ ਗੋਪਾਲਾ ਜੀ ਜਦੋਂ ਬਾਣੀ ਪੜ੍ਹ ਕੇ ਹਟੇ, ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਨਮਸਕਾਰ ਕੀਤੀ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਭਾਈ ਜਾਓ, ਜੋ
फलाना घोड़ा है ना वो लिया के भाई गोपाला जी नू दे दो। ते कहिंदे इधर भाई गोपाला जी दी अखा च पानी आ गया। भाई गोपाला जी हाथ जोड़ के कहन लगे कि अंतरजामी पातशाह सचमुच तुसीं सब दे दिलां दीआं जाणदे हो। सो मेरे छेवें पातशाह जी दे समय दी इह साखी नू आपां शॉर्ट दे विच आप जी दे नाल सांझा कीता है, क्योंकि इह दसण दे लई कि छेवें पातशाह नू जपजी साहिब जी दी बाणी दा शुद्ध उचारण करन वालियां दे नाल किन्ना प्यार आ। शहीद बाबा दीप सिंह जी ओह रोज दे 101 जपजी साहिब जी दे पाठ करदे सन, उहनां नूं जपजी साहिब जी दी बाणी दे नाल किन्ना प्यार। तां आप सोचो कि जेकर आपां रोज रोज जपजी साहिब जी दी बाणी पढ़ीए तां साडे उत्ते सतगुरु सच्चे पातशाह किन्ने खुश हो सकदे आ, हर तरां दी मोहताजी कट देणगे। तां जपजी साहिब जी दी बाणी जदों वी पढ़नी है ना पूरे प्यार दे नाल इक मन इक चित हो के पढ़नी आ। ये नहीं कहना कि मैं तो बहुत घट समय के जपजी साहब जी का पाठ कर लैंदा हाँ, मैं तो बहुत घट समय के सुखमनी साहब जी की बाणी पढ़ लैंदा हाँ। कई भैन भरा बड़ा हुमहमा के दसते होंगे कि जपजी साहब जी की बाणी मैं तो 10 मिनटों के ही पढ़ लैंदा हाँ, सुखमनी साहब जी की बाणी पढ़ने के लिए तो मैं अद्धा क घंटा लगता है। पर यह खुशी की गल नहीं आ जो आप घट समय के बाणी का पाठ करते हैं ना, समझो गुरु चरणों तो दूर हो रहे हैं। खुशी की गल उदो होगी जो सानू समा ज्यादा लगेगा, समा ज्यादा लगेगा यदा मतलब भी साडा प्यार सतगुरु सच्चे पातशाह नाल वध गया है। असी सतगुरु सच्चे पातशाह की बाणी पढ़ते हुए आनंद माणते हाँ, महसूस कर करके बाणी पढ़ते हाँ, फिर सानू ज्यादा टाइम लगता है। जो असी समझ समझ के बाणी पढ़ते हाँ उदो ज्यादा टाइम लगता है। तो जेकर ज़्यादा टाइम लगे तो खुश होइए भी असी सतगुरु सच्चे पातशाह के चरणों के नेड़े जा रहे हैं। पर जो आप काली काली पाठ करना शुरू कर दिता, घट समय के पाठ करना शुरू कर दिता, तो फिर ये चिंता का विषय बनना चाहिए है कि मैं अपने गुरु चरणों तो दूर हो रहा हाँ। सो मुकदी गल यह भी आप बंदी छोड़ दिवस आने तो पहला पहला अपने घर जपजी साहब जी की बाणी के पाठ आरंभ करने हैं। गुरु रामदास पातशाह जी के प्रकाश पुरब तो पहला जपजी साहब जी की बाणी पढ़नी है, जिन्ना हो सके उन्ने ही पाठ करने हैं, पूरा परिवार रल के पाठ करिए, देखना सतगुरु सच्चे पातशाह साढ़े से भी जरूर खुश हो, जरूर मेहरबान हो। जो भाई गोपाला जी ने गुरता गद्दी देने दे तैयार हो सकते हैं ना, तो साढ़े मन दिन इच्छावान भी जरूर पूरिया कर देंगे, क्योंकि वह अंतरजामी पातशाह सब कुछ जानते हैं, सब के दिल की भावना समझते हैं। तो फिर आओ अपने सतगुरु सच्चे पातशाह दिया खुशियां बरकत हासिल करिए। तो जेकर अज की यह वीडियो तुहानू चंगी लगी है तो फिर इनू लाइक शेयर जरूर कर देना, ता जो ये मैसेज होर भी वद तो वद भैन भरावां तक पहुँच सके। साडे भैन भरा अपने घरां दे विच जपजी साहिब जी की बाणी का पाठ आरंभ कर सकन, ये बेनती सारयां दे चरणां दे विच है। अते कमेंट बॉक्स दे विच अपनी हाजरी जरूर लगवाया करो, भावें अपने विचार दस्या करो, तुसी अगली वीडियो किहड़े विशे ते सुनना चाहुंदे आ ये जरूर दस्या करो, जां फिर वाहिगुरु जी लिख दिया करो, पर कमेंट बॉक्स दे विच हाजरी जरूर लगवा के आया करो।